ਹਾਂ ਮੈਨੂੰ ਨਹੀਂ, ਮੈਨੂੰ ਪਤਾ ਨਹੀਂ ਇਸ ਬਾਰੇ, ਨਹੀਂ ਪਤਾ ਮੈਨੂੰ, ਮੈਂ ਮੇਰੇ ਆਫਿਸ 'ਚ ਪਹਿਲਾਂ ਪਈ ਨਹੀਂ। ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ, ਨੌਲੇਜ ਨਹੀਂ। ਤੁਹਾਡਾ ਇੱਥੋਂ ਦੱਸਿਆ ਰਿਹਾ ਵੀ ਲੜਕਾ ਵੀ ਭੱਜਿਆ ਇੱਥੋਂ? ਮੈਨੂੰ ਨਹੀਂ ਪਤਾ, ਮੈਨੂੰ ਆਈ ਡੋਂਟ ਨੋ। ਮਤਲਬ ਤੁਸੀਂ ਮੰਨਦੇ ਹੋ 8 ਸਾਲ ਤੋਂ ਚੱਲ ਰਿਹਾ ਹੈ? ਨਹੀਂ ਅਸੀਂ ਨਹੀਂ ਮੰਨਦੇ। ਤੇ ਤੁਸੀਂ ਕਹਿ ਰਹੇ ਹੋ 8 ਸਾਲ ਤੋਂ ਚੱਲ ਰਿਹਾ ਹੈ? ਨਹੀਂ ਅਸੀਂ ਨਹੀਂ ਮੰਨਦੇ। ਤੇ ਤੁਸੀਂ ਕਹਿ ਰਹੇ ਹੋ 8 ਸਾਲ ਤੋਂ ਚੱਲ ਰਿਹਾ ਹੈ? ਮੈਨੂੰ ਐਵੇਂ ਭੁਆਈ ਜਾਨੇ ਮੈਂ ਤਾਂ ਭਾਈ ਸਾਹਿਬ ਜਰਨਲਿਜ਼ਮ ਥੋੜੇ ਜਿਹਾ ਯਾਰ ਭਾਜੀ ਕਮਾਲ ਆ ਯਾਰ ਇਸ ਮਾਮਲੇ 'ਚ ਕੌਣ ਬੋਲਣਾ ਵਾ? ਅਸੀਂ ਅਸੀਂ ਆਪਣੀ ਡਿਊਟੀ ਕਰਨੀ ਹੈ ਯਾਰ, ਇਹ ਵੱਖਰੀ ਗੱਲ ਹੈ। ਨਹੀਂ 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 ਇਹ ਗੱਲ ਨਹੀਂ ਫਿਰ ਯਾਰ, ਫਿਰ ਤੁਸੀਂ ਤੁਸੀਂ ਪੁੱਛੋ, ਤੁਸੀਂ ਬੋਲ ਦੋ, ਤੁਸੀਂ ਬੋਲ ਦੋ, ਪੁੱਛੋ ਯਾਰ, ਪੁੱਛੋ ਯਾਰ, ਇਹਨਾਂ ਪੁੱਛੋ ਯਾਰ, ਮੈਂ ਬੋਲ 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 ਤੁਸੀਂ ਬੋਲ ਦੋ। ਤੁਸੀਂ ਬੱਚੇ ਨੇ ਸਵਾਲ ਕਰਦੇ ਕਿੰਨੀ ਦੇਰ ਤੋਂ 2 ਸਾਲ ਤੋਂ ਚੱਲ ਰਿਹਾ, ਤੁਸੀਂ ਕਿਵੇਂ ਕਹਿ ਸਕਦੇ ਹੋ ਫਿਰ? ਭਾਈ ਉਹਨਾਂ ਦਾ ਉਹ ਡੇਟ ਪਈ ਆ, ਤੁਸੀਂ ਸਵਾਲ ਕਰਦੇ 2 ਸਾਲ ਦਾ ਧੰਦਾ ਚੱਲ ਰਿਹਾ, ਤੁਸੀਂ ਕਿਵੇਂ ਕਹਿ ਸਕਦੇ 2 ਸਾਲ ਦਾ ਧੰਦਾ ਚੱਲ ਰਿਹਾ? ਉਹ ਦੋਸ਼ ਲਾ ਰਹੇ ਨੇ ਜਿਹੜੀ ਪਾਰਟੀ ਹੈ, ਉਹ ਗੱਲ ਆਪ ਹੀ ਕਰ ਲੈਣਗੇ। ਉਹਨਾਂ ਨੇ ਲਾਏ ਨੇ ਆਰੋਪ, ਦੋਸ਼ ਲਾ ਰਹੇ ਆ ਮੀਡੀਆ ਨਾਲ, ਨਿਊਟਰਲ ਗੱਲ ਕਰੋ, ਜੋ ਜਿਹੜਾ ਨਿਊਟਰਲ ਕਰ ਰਹੇ ਆ, ਤੁਹਾਡਾ ਪਾਰਟੀ ਨਿਊਟਰਲ ਗੱਲ ਆ, ਤੁਹਾਡਾ ਪਾਰਟੀ ਚੱਲ ਰਿਹਾ ਆ। ਹਾਊ ਕੈਨ ਯੂ ਕਲੇਮ 2 ਸਾਲ ਦਾ ਧੰਦਾ ਚੱਲ ਰਿਹਾ? ਦੋਸ਼ ਉਹਨਾਂ ਨੇ ਲਾਏ ਨੇ ਨਾ ਕਿ ਅਸੀਂ ਲਾਏ ਨੇ। ਹਾਂਜੀ ਬੋਲੋ, ਪੱਖ ਦੱਸੋ ਯਾਰ। ਮੇਰੇ 25 ਸਾਲ ਦਾ ਇਹਨਾਂ ਨਾਲ ਮਿੱਤਰ ਦਾ ਪਿਆਰ, ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ, ਕੋਈ ਧੰਦਾ ਨਹੀਂ ਚੱਲ ਰਿਹਾ ਜਿਹੜਾ ਸੋ ਕਾਰਡ ਦੀ ਧੰਦਾ ਕਹਿੰਦੇ ਹੋ, ਵੱਡ ਹੀ ਧੰਦਾ। ਜਿੱਥੇ ਰੇਡ ਜੇ ਹੋਈ ਹੈ ਇਨਵੈਸਟੀਗੇਸ਼ਨ ਕਰਨ, ਰੇਡ ਨਾ ਇਨਵੈਸਟੀਗੇਸ਼ਨ ਕਰਨ ਆਏ ਆ ਨਾ, ਇਨਵੈਸਟੀਗੇਸ਼ਨ ਹੋ ਗਈ, ਉਹ ਫੈਸਲਾ ਹੋ ਜੂ ਕੀ ਹੋਇਆ ਕਿ ਸੱਚ ਝੂਠ ਵਾਲਾ ਜੂ। ਤੁਸੀਂ ਕਿਵੇਂ ਕਲੇਮ ਕਰ ਰਹੇ ਹੋ 2 ਸਾਲ ਤੋਂ ਧੰਦਾ ਹੋ ਰਿਹਾ ਹੈ? ਉਹ ਕਹਿ ਰਹੀ ਹੈ ਕਿ ਦਲਾਲ ਸ਼ਬਦ ਦੀ ਵਰਤ ਨਹੀਂ ਸਕਦੇ, ਤੁਸੀਂ ਦਲਾਲ ਸ਼ਬਦ ਨਾ ਵਰਤੋ ਪਲੀਜ਼। ਕੀ ਕਹੀਏ ਸਰ? ਜੋ ਵੀ ਹੈ, ਉਹਨਾਂ ਨੇ ਕਿਹਾ ਵੀ 2 ਸਾਲ ਤੋਂ ਅਸੀਂ ਲੈ ਲਈਏ 10,000 ਰੁਪਈਆ। ਉਹਦਾ ਉਹਦੇ ਕਹਿਣ ਨਾਲ ਸੱਚ ਥੋੜੇ ਹੋ ਗਿਆ ਫਿਰ ਯਾਰ, ਉਹਦੇ ਕਹਿਣ ਨਾਲ ਸੱਚ ਥੋੜੇ ਹੋ ਗਿਆ। ਠੀਕ, ਕਦੋਂ ਤੋਂ ਤੁਸੀਂ ਮਰੀਜ਼ ਦਾ ਕੇਸ ਲੈ ਕੇ ਆ ਰਹੇ ਹੋ? ਦੂਜੀ ਵਾਰੀ ਆਏ ਹੋ? ਕਿੰਨੀ ਵਾਰੀ ਲਿੰਗ ਨਿਰਧਾਰਨ ਟੈਸਟ ਕਰਾ ਲਿਆ ਤੁਸੀਂ ਇੱਥੇ? ਦੂਜੀ ਵਾਰੀ ਆਏ ਹੋ? ਕੌਣ ਕਰਦਾ ਸੀਗਾ ਜੀ ਇਹ? ਸਰ ਅਸੀਂ ਅੰਤਰ ਨਹੀਂ ਕਰਦੇ, ਸਾਨੂੰ ਨਹੀਂ ਪਤਾ ਕੌਣ ਕਰਦਾ। ਫੋਨ ਤੇ ਚੱਲਦਾ ਸੀਗਾ ਕੰਮ ਕਿ ਇੱਥੇ ਮਿਲ ਕੇ ਆਉਂਦੇ ਸੀਗੇ? ਮੋਗਾ ਵਿੱਚ ਹੁੰਦਾ ਸੀ ਲਿੰਗ ਨਿਰਧਾਰਨ ਟੈਸਟ। ਸਿਹਤ ਵਿਭਾਗ ਸਰਸਾ ਦੀ ਟੀਮ ਨੇ ਟੈਸਟ ਕਰਦੇ ਰੰਗੇ ਹੱਥੀ ਕੀਤੇ ਕਾਬੂ। ਮਾਨਸਾ ਦੇ ਪਿੰਡ ਸਮਾਉ ਤੋਂ RMP ਡਾਕਟਰ ਕਰਵਾਉਂਦਾ ਸੀ ਗਰਭਵਤੀ ਔਰਤਾਂ ਦੇ ਟੈਸਟ। ਸਰਸੇ ਦੀ ਸਿਹਤ ਵਿਭਾਗ ਟੀਮ ਨੇ ਮੋਗਾ ਦੀ ਸਿਹਤ ਵਿਭਾਗ ਟੀਮ ਨੂੰ ਜਗਾਇਆ। ਜਿੱਥੇ ਸਾਡੇ ਸਮਾਜ ਅੰਦਰ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਰੇ ਦਿੱਤੇ ਜਾਂਦੇ ਹਨ, ਉੱਥੇ ਹੀ ਇਹ ਨਾਰੇ ਇੱਕ ਕਹਿਣ ਵਿੱਚ ਹੀ ਸਾਬਤ ਹੋਏ ਹਨ, ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਜੀ ਹਾਂ, ਅਸੀਂ ਗੱਲ ਕਰਦੇ ਹਾਂ ਮੋਗਾ ਦੇ
VM ਸਕੈਨ ਸੈਂਟਰ ਦੀ ਜਿੱਥੇ ਲਿੰਗ ਨਿਰਧਾਰਨ ਕੀਤਾ ਜਾਂਦਾ ਹੈ। ਇਸ ਗੱਲ ਦਾ ਖੁਲਾਸਾ ਸਰਸਾ ਦੀ ਸਿਹਤ ਵਿਭਾਗ ਟੀਮ ਨੇ ਉਸ ਵੇਲੇ ਕੀਤਾ ਜਦੋਂ ਮਾਨਸਾ ਤੋਂ RMP ਡਾਕਟਰ ਤੇ ਇੱਕ ਆਸ਼ਾ ਵਰਕਰ ਦਲਾਲ ਜੋ ਕਿ ਗਰਭਵਤੀ ਔਰਤ ਦਾ ਭਰੂਣ ਟੈਸਟ ਕਰਵਾਉਂਦੇ ਰੰਗੇ ਹੱਥੀਂ ਕਾਬੂ ਕੀਤੇ ਗਏ। ਇਸ ਟੈਸਟ ਦੇ 54,000 ਰੁਪਏ ਲੈ ਜਾਂਦੇ ਸਨ। ਹੁਣ ਦੇਖਣਾ ਇਹ ਹੈ ਕਿ ਡਾਕਟਰੀ ਟੀਮ ਸਕੈਨ ਮਾਲਕ ਜਾਂ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਪਰਚਾ ਦਰਜ ਕਰਦੀ ਹੈ ਜਾਂ ਇਹ ਮਾਮਲਾ ਕਾਗਜ਼ਾਂ ਪੱਤਰਾਂ ਵਿੱਚ ਹੀ ਰਹਿ ਜਾਵੇਗਾ। ਮੋਗਾ ਤੋਂ ਸਰਬਜੀਤ ਰੌਲੀ ਦੀ ਖਾਸ ਰਿਪੋਰਟ। गुरुराम जी, कहाँ से टीम आई है आपकी और क्या यहाँ पे क्या हुआ? ऐसा, सिविल सर्जन सिरसा को एक गुप्त सूचना मिली थी कि मानसा का एक टाउट है जो गर्भावस्था में गर्भवती के भ्रूण की लिंग जांच करवाता है, जिसके ऊपर डिस्ट्रिक्ट एप्रोप्रिएट अथॉरिटी सिरसा ने एक टीम का गठन किया। उसके बाद टीम ने टाउट से संपर्क करके उसे बात की कि क्या वह गर्भवती का लिंग जाँच करवा देगा। उसने कहा कि हाँ, यह मैं काम करवा दूंगा, इसके लिए 55,000 रुपया मैं लूँगा। जिसके बाद आज टीम ने डिकोय ऑपरेशन तैयार किया, एक बोगस ग्राहक तैयार किया और उनको साथ लेके टाउट के बताई हुई जगह मानसा कैंचियाँ पर पहुँचे, जहाँ पे टाउट ने डिकोय को अपने साथ लिया और मोगा में आ गया और बाकी की टीम उसका पीछा करती रही। बीच रस्ते में हमारे सिविल सर्जन सर से हमने बात करके मोगा में एक टीम अवेलेबल करवाने को कहा, जहाँ पे हमें डॉक्टर उपेंद्र कौर ये टीम के रूप में अपनी टीम के साथ यहाँ मिले। हमने टाउट का पीछा किया, जो टाउट बारिश हॉस्पिटल के पास जाके रुका, उसके बाद उसने डिकोए को अपने साथ लेके इस VM स्कैन सेंटर पे आया, जहाँ पे उसने एक अल्ट्रासाउंड खुद का करवाया। और जैसा कि डिकोए ने अपनी स्टेटमेंट में बताया है कि उसका भी अल्ट्रासाउंड अंदर हुआ, लेकिन उसका कोई फॉर्म नहीं भरा गया। और इसके बाद वापस आकर कार में उसने पैसे लिए डिकोए से, और उसके साथ जो मेल टाउट था जसवीर सिंह, उसके साथ एक मानसा से ही एक और फीमेल टाउट भी थी, इसका नाम वीरपाल कौर है। तो 32,000 वीरपाल कौर ने लिए और 22,000 अपने जसवीर सिंह ने लिए। तो सारी टीम उन सभी डिकोए और टाउट्स को लेके इस स्कैन सेंटर पे आई, जहाँ पे उनकी तलाशी ली गई और पैसे रिकवर किए। पैसे वही थे जो डिकोए ऑपरेशन के लिए CMO साहब ने नंबर नोट करके दिए हुए। किस चीज़ का टेस्ट करवाने आए थे सर? यहाँ पे गर्भ में लिंग जांच करवाने आए थे, लड़का है या लड़की। तो ये कितने पैसे लेते हैं? ये जो दलाल से जो बात हुई थी उसने 54,000 रुपये में बात की थी, जबकि उनमें से दो दलालों ने आपस में 22,000 और 32,000 बांट लिए। एक 32,000 में से उसने आगे यहाँ पे कोई रविंदर और स्टाफ नर्स का उसने जिक्र किया है कि उसको देने थे मैंने पैसे। केड़ा सेंटर केड़ा है ये? VM स्कैन सेंटर। तो सर कब से चल रहा है, कुछ पता लगा? ये उसने बताया कि मैं 3-4 केस पहले लेके आ चुकी हूँ यहाँ पर, और ये मेरा 4th-5th केस है, और अब आगे की जो भी कार्रवाई है वो पूरी मोगा टीम इसमें करेगी कि इसमें इन्वॉल्वमेंट किस किस की इन्वॉल्वमेंट रही है, क्या सिर्फ टाउट्स की इन्वॉल्वमेंट है या
जो रेडियोलॉजिस्ट है उसकी भी कोई इन्वॉल्वमेंट। तो मानसा में जो डाउट है उसमें कोई डॉक्टर भी है शामिल? मानसा में जो डाउट है, मानसा में, मानसा के दो डाउट हैं। एक डाउट वहाँ पे जसवीर सिंह है जिससे बात शुरू हुई थी, उसने अपने साथ एक वीरपाल कौर की डाउट को भी साथ लिया था, वो दोनों मानसा से ही आए थे। कोई आरएमपी डॉक्टर भी है? वो आरएमपी ही है, जसवीर सिंह आरएमपी है और वीरपाल कौर एक आशा वर्कर है। सर देखा जाता है कि सरसा से टीम हमेशा आती है, तो आपको ज़्यादा इन्फॉर्मेशन मिलती है क्या? दरअसल में क्योंकि हरियाणा जो है 2011 सेंसस में हरियाणा के 10 जिले जो थे वो लिंगानुपात में पूरे देश में कम पाए गए थे, जिसके बाद हरियाणा सरकार ने इसको सख्ती से लेते हुए पीएनडीटी एक्ट को बड़ी मतलब दृढ़ता से लागू किया और टीम्स की ड्यूटी लगाई। हमने अपना नेटवर्क वहाँ पे फैलाया और नेटवर्क फैलाने से जैसे ही मतलब हमें कोई सूचना मिलती है अभी कहाँ कौन लोग किस रास्ते से लिंग जांच करवाने जा रहे हैं तो हम फिर उनके पीछे जाते हैं। ताकि और भी स्कैम सेंटर के कोई नाम आ रहे हैं, क्या कार्रवाई किया, किस पे की जा रही है? अभी हमने स्पोर्ट मेमो बनाया है और जो डाउट्स जो पकड़े गए हैं रंगे हाथ उनके ऊपर हमने मतलब कार्रवाई के लिए लिखा है और आगे जो भी छानबीन में जो जो इसमें दोषी पाए जाएंगे उनके खिलाफ एफआईआर में। डॉक्टर कितने है जी? डॉक्टर कितने है जी? डॉक्टर स्कैन सेंटर का नाम है, जरा सेंटर का डॉक्टर कितने है जी? डॉक्टर का सेंटर मौके पे जब हम आए तो यहाँ उपलब्ध नहीं था, उसके फोन करके बुलाने की बात की गई तो उसका फोन नहीं मिल रहा था। कौन डॉक्टर? कौन डॉक्टर का नाम क्या है? डॉक्टर का नाम डॉक्टर वरुण वरुण मित्तल बताया गया है। कितने देर तो ये काम कर रहे हो लिंग जरा टेस्ट करा? मैं दूजी बार आया। तो आए तुसी मानसा? की नाम की ਤੁਹਾਡਾ? ਪਿੰਡ ਸਮਾਉਂ ਜੀ। ਇਹ ਨਾਮ ਕੀ ਹੈ ਤੇਰਾ? ਨਾਮ ਜਸਵੀਰ ਸਿੰਘ। ਡਾਕਟਰ ਹੋ ਤੁਸੀਂ? ਆਰਐਮਪੀ ਰੋ। ਅੱਛਾ, ਤੇ ਕਸਟਮਰ ਤੁਸੀਂ ਲੈ ਕੇ ਆਉਂਦੇ ਹੋ? ਆ ਮੈਡਮ ਲੈ ਕੇ ਆਉਂਦੇ। ਅੱਛਾ, ਤੇ ਤੁਸੀਂ ਕਿੰਨੀ ਵਾਰੀ ਆਏ ਹੋ ਇੱਥੇ ਤੇ ਕਿੰਨੇ ਪੈਸੇ ਤੁਹਾਨੂੰ ਦਿੱਤੇ ਜਾਂਦੇ ਆ? ਮੈਂ 10,000 ਦਿੱਤਾ ਸੀ। ਠੀਕ, ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ? 10 ਸਾਲ ਹੀ ਹੋਏ। ਪਹਿਲਾਂ ਵੀ ਕਦੇ ਆਏ ਹੋ? ਇੱਕ ਵਾਰ ਆਏ ਸੀ ਪਹਿਲਾਂ। ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹੋ ਜਾਂ ਵੈਸੇ ਤੁਹਾਡੇ ਕੋਲ ਲਾਇਸੈਂਸ ਹੈਗਾ? ਹੱਥ ਸਾਈਡ ਦੇ। ਤੁਸੀਂ ਕੀ ਕੰਮ ਆਏ ਸੀ? ਤੁਹਾਡੇ ਕੋਲ ਲਾਇਸੈਂਸ ਹੈਗਾ ਜੀ? ਨਾ ਜੀ, ਲਾਇਸੈਂਸ ਬਗੈਰ ਲਾਇਸੈਂਸ ਤੋਂ ਪ੍ਰੈਕਟਿਸ ਕਰਦੇ ਹੋ? ਹਾਂਜੀ। ਤੁਸੀਂ ਇੱਥੇ ਕੀ ਕੰਮ ਆਏ ਸੀ? ਬਸ ਟੈਸਟ ਹੀ ਕਰਾਉਣ ਆਏ ਸੀ। ਕਦੋਂ ਟੈਸਟ ਕਰਾਉਣਾ ਸੀਗਾ? ਆ ਬੱਚਿਆਂ ਵਾਲਾ ਜੀ। ਚਲੇ ਕਿੱਥੋਂ ਲਿਆਂਦਾ ਸੀਗਾ ਇਹ? ਮੇਲ ਫੀਮੇਲ ਦਾ ਕਰਾਉਣਾ? ਹਾਂਜੀ ਹਾਂਜੀ, ਮੇਲ ਫੀਮੇਲ। ਅੱਛਾ, ਕਿਹੜੇ ਵਿਅਕਤੀ ਆਏ ਸੀਗੇ ਤੁਸੀਂ? ਪਹਿਲਾਂ ਵੀ ਆਏ ਸੀ। ਤੁਹਾਡਾ ਕੰਟੈਕਟ ਕਿਸ ਨਾਲ ਹੋਇਆ ਸੀ? ਮੈਡਮ ਨਾਲ। ਤੇ ਮੈਡਮ ਤੁਹਾਡੇ ਕੋਲ ਆਏ ਸੀ, ਇਹਨਾਂ ਨੇ ਟੈਸਟ ਕਰਾਉਣਾ ਸੀਗਾ? ਨਾ ਨਾ, ਇਹ ਕਰਾ ਕੇ ਲੈ ਕੇ ਆਉਂਦੇ ਪਹਿਲਾਂ ਉਹਨੂੰ। ਕਿੰਨੀ ਵਾਰ ਕਰਾ ਚੁੱਕੇ ਹੋ ਤੁਸੀਂ ਟੈਸਟ ਇਹ? ਮੈਂ ਤਾਂ ਦੂਜੀ ਵਾਰ ਆਇਆ। ਨਹੀਂ, ਕਿਸੇ ਹੋਰ ਲੈਬੋਰਟਰੀ ਦੇ ਵਿੱਚ ਵੀ ਕਰਵਾਇਆ? ਮੋਗਾ? ਨਾ ਨਾ ਜੀ, ਨਾ। ਅੱਛਾ, ਤੁਸੀਂ ਵੀ ਆਏ ਹੋ? ਥੈਂਕ ਯੂ।